हाई गाइज़ कैसे हो आप सर आए होके ती सारे ठीक होवोगे गाइज मैं आ चुकी हूँ किचन से मॉर्निंग दुके होना फिर तो जाना सी स्कूल तो सब तो पहला मैं करूँगी किचन की सफाई आप स्लैब साफ करा सब तो पहला तो सब तो पहला मैं स्लैब साफ करूँगी साफ करूँगी चंकी तरह साइड तो प्लेटा साफ करूँगी ਤੋ ਦੇਦੀ ਗਏ ਨੇ ਪਾਰ ਝਾੜੂ ਲਗਾਨ ਤੋ ਮੈਂ ਕਿਚਨ ਦੀ ਕਰਦੀ ਪਈ ਆ ਸਫਾਈ ਗੈਸ ਨੂੰ ਚੰਗੀ ਤਰ੍ਹਾਂ ਕਲੀਨ ਕਰਕੇ ਫਿਰ ਆਪਾਂ ਇਸ ਤੇ ਚਰੰਗ ਤਰਾਂ ਘਿਚਾ ਠੀਕ ਹੈ ਗਾਇਸ ਚੰਗੀ ਤਰ੍ਹਾਂ ਆਪਾਂ ਕਲੀਨ ਕਰ ਲੈਨੇ ਆ ਚੰਗੀ ਤਰ੍ਹਾਂ ਇਹਨੂੰ ਸਾਫ ਕਰਕੇ ਫਿਰ ਆਪਾਂ ਧਰਦੇ ਆ ਚਾ ਇਹ ਆਪਣਾ ਦੁੱਧ ਪਿਆ ਇਰਾਦਾ ਕੜਿਆ ਜਾਂ ਦੁੱਧ ਦਾ ਜਿਹੜਾ ਆਪਾਂ ਗਰਮ ਕੀਤਾ ਹੋਇਆ ਸੀ ਪੀਣ ਵਾਸਤੇ ਉਹ ਆਪਣਾ ਬਚ ਗਿਆ ਸੀ ਹੁਣ ਉਹ ਆਪਾਂ ਚਾਹ ਵਿੱਚ ਪਾ ਦਾਂਗੇ ਠੀਕਾ ਹੁਣ ਆਪਾਂ ਧਰਦੇ ਆ ਚਾਹ ਠੀਕ ਹੈ गाइस ਸਾਰੇ ਸੁੱਤੇ ਪਏ ਨੇ ਬਸ ਮੈਂ ਤੇ ਦੀਦੀ ਉੱਠੇ ਆ ਦੀਦੀ ਬਾਹਰ ਸਫਾਈ ਕਰਦੇ ਪਏ ਨੇ ਮੈਂ ਰਸੋਈ ਦੀ ਸਫਾਈ ਕਰਦੀ ਪਈਆਂ ਚਾਹ ਧਰਾਂਗੇ ਫਿਰ ਚਾਹ ਧਰ ਕੇ ਆਪਾਂ ਕੁਝ ਹੋਰ ਸੋਚਦੇ ਆ ਲਾਗੇ ਚਾਹ ਬਣਾ ਲੈਣੇ ਆ ਲਾਗੇ ਕੋਈ ਹੋਰ ਕੰਮ ਕਰ ਲੈਣੇ ਠੀਕ ਹੁਣ ਮੈਂ ਗੁੰਨਣ ਲੱਗੀ ਆ ਆਟਾ ਕਿਉਂਕਿ ਫਤਿਹ ਨੂੰ ਸਕੂਲ ਜਾਣਾ ਹੈ ਲੱਗ ਗਿਆ ਆਪਾਂ ਉਹਨਾਂ ਦੀ ਰੋਟੀ ਵੀ ਬਣਾ ਲਾਂਗੇ ਠੀਕ ਹੈ ਗਾਇਸ ਹੁਣ ਮੈਂ ਲੈ ਕੇ ਆ ਗਈ ਆ ਆਟਾ ਆਟਾ ਸਾਈਡ ਤੇ ਕਾਰਨਰ 'ਚ ਪਿਆ ਸੀ ਤੋਂ ਹੁਣ ਮੈਂ ਆਟਾ ਵੀ ਲਾ ਕੇ ਗੁੰਨ ਲੂੰਗੀ ਮੈਂ ਲਾਗੇ ਆਟਾ ਗੁੰਨ ਕੇ ਲਾਗੇ ਚਾਹ ਬਣਾ ਲੈਣੀ ਹੁੰਨੀ ਐ ਡੇਲੀ ਮੇਰੀ ਰੁਟੀਨ ਇਹ ਹੀ ਐ ਕਿ ਮੈਂ ਲਾਗੇ ਚਾਹ ਧਰ ਕੇ ਫਿਰ ਲਾਗੇ ਆਟਾ ਗੁੰਨ ਲੈਣੀ ਉਹਨੂੰ ਥੋੜਾ ਜਿਹਾ ਮਲ ਕੇ ਰੱਖ ਦੇਣੀ ਆ ਫਿਰ ਚਾਹ ਵਿੱਚ ਆਪਾਂ ਪੱਤੀ ਖੰਡ ਵਗੈਰਾ ਪਾ ਦਾਂਗੇ ਤੇ ਲਾਗੇ ਲਾਗੇ ਚਾਹ ਬਣ ਜੇਗੀ ਆਪਣੀ ਤੇ ਲਾਗੇ ਲਾਗੇ ਆਪਾਂ ਆਟਾ ਗੁੰਨ ਕੇ ਫਿਰ ਦੀਦੀ ਪ੍ਰੌਟੀਆਂ ਲਾਉਣਗੇ ਫਿਰ ਆਪਾਂ ਫਤਿਹ ਨੂੰ ਸਕੂਲ ਭੇਜ ਦਾਂਗੇ ਉਠਾ ਕੇ ਨਹਾ ਕੇ ਫਿਰ ਉਹਨਾਂ ਨੂੰ ਸਕੂਲ ਭੇਜ ਦਾਂਗੇ ਆਪਣਾ ਕਿਚਨ ਦਾ ਕੰਮ ਖਤਮ ਹੋਇਆ ਹੋਊਗਾ ਤਾਂ ਕਿ ਕਿਚਨ ਦੀ ਟੈਨਸ਼ਨ ਖਤਮ ਹੋਈ ਹੋਈ ਗੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਾਰਾ ਸਮਾਨ ਆਪਾਂ ਕੱਢ ਕੇ ਬਾਹਰ ਲੈਖ ਲੈਨੇ ਆ ਦੇਖ ਸਟੈਂਡ ਥੱਲੇ ਰੱਖਿਆ ਹੋਇਆ ਹੈ ਆਪਾਂ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਸੌਫ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਜੁਇਨ ਸਾਰਿਆਂ ਨੂੰ ਸੌਫ ਚ ਵਹਨ ਤਬਕੇ ਚਾਹ ਨਹੀਂ ਚੰਗੀ ਲੱਗਦੀ ਹੁਣ ਆਪਾਂ ਟੀ ਮਸਾਲਾ ਪਾ ਦਾਂਗੇ ਚਾਹ ਮਸਾਲਾ ਪੀਸਿਆ ਹੋਇਆ ਪੱਤੀ ਪਾ ਦਾਂਗੇ ਥੋੜੀ ਜਿਹੀ ਵਿੱਚ 2-3 ਚਮਚ ਤੇ ਹੁਣ ਆਪਾਂ ਪਾਵਾਂਗੇ ਖੰਡ ਸਾਰੇ ਸਾਡੀ ਫੈਮਿਲੀ ਨੂੰ ਖੰਡ ਜਿਆਦਾ ਪਸੰਦ ਆ ਚਾਹ ਵਿੱਚ ਫਿੱਕੀ ਜੀ ਚਾਹ ਕੋਈ ਪਸੰਦ ਨਹੀਂ ਕਰਦਾ ਖਾਸ ਕਰਕੇ ਜਿਹੜੀ ਮਾਰਨਿੰਗ ਟਾਈਮ ਦੀ ਚਾਹ ਹੁੰਦੀ ਹੈ ਉੱਚ ਮਿੱਠਾ ਜਿਆਦਾ ਹੋਣਾ ਚਾਹੀਦਾ ਤੇ ਹੁਣ ਆਪਾਂ ਥੱਲੇ ਬੈਠ ਕੇ ਆਪਾਂ ਆਟਾ ਗੁੰਨ ਲੈਨੇ ਆ ਚੰਗੀ ਤਰ੍ਹਾਂ ਆਟੇ ਨੂੰ ਮਲ ਲੈਨੇ ਆ ਤੇ ਉਹਨੇ ਚਿਰ ਨੂੰ ਸਾਡਾ ਆਟਾ ਵਧੀਆ ਹੋ ਗਿਆ ਸੀ ਹੁਣ ਆਪਣਾ ਜਲਦੀ ਆਟਾ ਗੋਚ ਜਾਣਾ ਹੈ ਉਗੀ ਆਪਾ ਪਾਣੀ ਪਾ ਕੇ ਰੱਖਦਾ ਸੀ ਉਹਨੂੰ ਥੋੜਾ ਜਿਹਾ ਮਲ ਕੇ ਨੋਰਮਲ ਜਿਹਾ ਕਰਕੇ ਰੱਖਦਾ ਸੀ ਹੁਣ ਆਪਣਾ ਜਲਦੀ ਆਟਾ ਗੁੰਝਣਾ ਹੈ ਲਾਗੇ ਹੁਣ ਆਪਣਾ ਆਟਾ ਉਟਾ ਗੁੰਨ ਕੇ ਠੀਕ ਹੈ ਗਾਇਸ ਫਾਈਨਲੀ ਹੁਣ ਆਪਣਾ ਆਟਾ ਗੁੰਝ ਚੁੱਕਾ ਹੈ ਠੀਕ ਹੈ ਗਾਇਸ ਹੁਣ ਆਟਾ ਆਪਾਂ ਆਟਾ ਗੁੰਨ ਲਿਆ ਐ ਆਪਾਂ ਇਹਨੂੰ ਇੱਕ ਡੱਬੇ 'ਚ ਕੱਢ ਲਾਂਗੇ ਕਿਉਂਕਿ ਇਹਨੂੰ ਫਿਰ ਆਪਾਂ ਇੱਕ ਡੱਬੇ 'ਚ ਕੱਢ ਕੇ ਇਹਨੂੰ ਫ੍ਰਿਜ 'ਚ ਲਾ ਦਾਂਗੇ ਆਪਾਂ ਪ੍ਰਾਤ ਪ੍ਰੋਤ ਵਗੈਰਾ ਸਭ ਸਾਫ਼ ਕਰ ਲਾਂਗੇ ਇਹਨੂੰ ਫ੍ਰਿਜ 'ਚ ਰੱਖ ਦਾਂਗੇ ਜਿੰਨੇ ਚਿਰ ਦੀਦੀ ਨੇ ਬਾਹਰ ਹੋਣਾ ਹੈ ਉਹਨੇ ਚਿਰ ਨਾਟੇ ਨੇ ਵਧੀਆ ਹੋ ਜਾਣਾ ਹੈ ਪਰੌਂਠੀਆਂ ਵਧੀਆ ਪੱਕਦੀਆਂ ਜੇ ਆਪਾਂ 10 ਮਿੰਟ ਪਹਿਲਾਂ ਇਹਨੂੰ ਆਟਾ ਗੁੰਨ ਕੇ ਰੱਖ ਲਈਏ ਤੋਂ ਲੱਗੇ ਆਪਾਂ ਕਰਾਂਗੇ ਬਰਤਨ ਸਾਫ਼ ਜਿਹੜੇ ਰਾਤੀ ਆਪਾਂ Ꝺਤੇ ਹੋਏ ਸੀ ਉਹਨਾਂ ਨੂੰ ਆਪਾਂ ਸਟੈਂਡ 'ਚ ਲਗਾ ਦਾਂਗੇ ਕਿਉਂਕਿ ਸੁੱਕ ਗਏ ਸੀ ਤੇ ਆਪਾਂ ਗਿੱਲੇ-ਗਿੱਲੇ ਸਟੈਂਡ 'ਤੇ ਲਗਾ ਦਿੰਨੇ ਆ ਨਾ ਉਹ ਫਿਰ ਚੰਗਾਲ ਪੈ ਜਾਂਦਾ ਸਟੈਂਡ ਨੂੰ ਤੋਂ ਦੇਖੋ ਆਹ ਡਿਸਟੈਂਡ ਨੂੰ ਕਾਫੀ ਟਾਈਮ ਹੋ ਗਿਆ ਹੈ ਕਟੋ-ਕਟ 6-7 ਸਾਲ ਹੋ ਗਿਆ ਤੋਂ ਆਪਾਂ ਬਰਤਨ ਸੁਕਾ ਕੇ ਹੀ ਲਾਉਂਦੇ ਆ ਸਟੈਂਡ 'ਚ ਇੱਕ ਸਾਈਡ ਤੇ ਆਪਾਂ ਇਹ ਸਾਫ਼ ਕਰਕੇ ਰੱਖ ਲੈਨੇ ਜਦੋਂ ਸੁੱਕ ਜਾਂਦੇ ਫਿਰ ਉੱਪਰ ਲਗਾ ਦਈਦੇ ਸਟੈਂਡ 'ਚ ਹੁਣ ਆਪਣੀ ਚਾਹ ਰਿੱਜੀ ਸੀ ਆਪਾਂ ਦੁੱਧ ਪਾਉਣ ਲੱਗੇ ਆ ਵਿੱਚ ਤੂੰ ਬੱਚੇ ਵਾਲਾ ਦੁੱਧ ਵੀ ਕੱਢਣਾ ਸੀ ਥੋੜਾ ਜਿਹਾ ਕੜਿਆ ਹੋਇਆ ਬਾਕੀ ਸਾਰਾ ਆਪਾਂ ਚਾਹ ਚਪਾ ਦੇਣੇ ਹੋਣ ਲੱਗੇ ਆਪਾਂ ਬਰਤਨ ਸਾਫ਼ ਕਰ ਲੈਣੇ ਲੱਗੇ ਸਾਟੀ ਬਣ ਜਾਣੀ ਹੈ ਚਾਹ ਇਹ ਦੀਦੀ ਹੋਣੀ ਆਣ ਕੇ ਸਾਰਿਆਂ ਨੂੰ ਦੇਣਗੇ ਉਹ ਆਪਣੇ ਕਮਰੇ ਚ ਲੈ ਜਾਣਗੇ ਮੈਂ ਆਪਣੇ ਕਮਰੇ ਚ ਲੈ ਜਾऊंगी ਫਿਰ ਆਪਾਂ ਜਾ ਕੇ ਬਚਿੱਤਰ ਨੂੰ ਉਠਾਵਾਂਗੇ ਫਤਿਹ ਨੂੰ ਉਠਾਵਾਂਗੇ ਫਤਿਹ ਨੂੰ ਉਠਾ ਕੇ ਨਹਾ ਦਾਂਗੇ ਵੀਰ ਨੂੰ ਨਹਾ ਕੇ ਉਹ ਕੁਝ ਖਾਂ ਦੇਣੀ ਹੈ ਜੇ ਕੁਝ ਕਹੀਏ ਖਾਣ ਨੂੰ ਮम्मा ਕੁਝ ਨਹੀਂ ਖਾਣਾ ਕਹਿ ਦਿੰਦੇ ਉਦੋਂ ਹੀ ਸਕੂਲ ਜਾਂਦੇ ਨੇ ਸਿਰਫ ਦੁੱਧ ਪੀ ਕੇ ਕਈ ਵਾਰ ਤਾਂ ਦੁੱਧ ਵੀ ਨਹੀਂ ਪਿੰਦੇ ਬਿਨਾ ਕੁਝ ਖਾਏ ਸਕੂਲ ਜਾਂਦੇ ਨੇ ਤੇ ਫੇਰ ਪਰੌਂਠੀ ਪਕਾ ਕੇ ਪਰੌਟੀ ਬਣਾ ਕੇ ਸਬਜੀ ਨਾਲ ਉਹਨਾਂ ਦੇ ਟਿਫਨ ਚ ਪਾ ਦਿੰਦੇ ਆ ਉੱਥੇ ਖਾ ਕੇ ਸਕੂਲ ਖਾ ਜਾਂਦੇ ਨੇ ਪਤਾ ਨਹੀਂ ਖਾਂਦੇ ਆ ਕਿ ਨਹੀਂ ਮੈਮ ਛਕਵਾ ਦਿੰਦੇ ਨੇ ਸ਼ਾਇਦ ਉਹਨਾਂ ਨੂੰ ਤੇ ਇੱਥੋਂ ਕਰੋ ਤਾਂ ਕੁਝ ਨਹੀਂ ਖਾ ਕੇ ਜਾਂਦੇ ਠੀਕ ਹੈ ਗਾਇਸ ਹੁਣ ਆਪਾਂ ਆ ਚੁੱਕੇ ਆ ਬਾਹਰ ਆਪਣਾ ਥੋੜਾ ਜਿਹਾ ਝਾੜੂ ਰਹਿ ਗਿਆ ਸੀ ਉਹ ਝਾੜੂ ਲਗਾ ਕੇ ਫਿਰ ਆਪਾਂ ਕਰਦੇ ਆ ਕੁਝ ਹੋਰ ਤੁਹਾਨੂੰ ਦਿਖਾਉਂਦੇ ਆ ਕਿ ਕਿੰਨਾ ਨੇਰਾ ਹੈ ਬਾਹਰ ਬਾਹਰ ਲਾਈਟ ਚ ਗੰਦੀ ਜਿੱਥੇ ਮੈਂ ਝਾੜੂ ਲਗਾਉਂਦੀ ਪਈ ਆ ਇਹ ਬਾਹਰ ਆ ਤੇ ਝਾੜੂ ਲਗਾ ਕੇ ਦੇਖੋ ਗਾਇਸ ਕਿੰਨਾ ਨੇਰਾ ਹੈ ਚੰਦਰਮਾ ਅਜੇ ਤੱਕ ਤੁਰੇ ਫਿਰਦਾ ਹੈ 5 ਵਜੇ ਆ ਨਾ ਹੁਣ ਗਾਇਸ ਫਾਈਨਲੀ ਆਪਾਂ ਸਾਰਾ ਕੰਮ ਕਰ ਲਿਆ ਹੁਣ ਆਪਾਂ ਚੱਲੇ ਸੀ ਕਿਤੇ ਸ਼ਾਪਿੰਗ ਕਰਨ ਠੀਕ ਹੈ ਗਾਇਸ ਆਪਾਂ ਚੱਲੇ ਸੀ ਸ਼ਾਪਿੰਗ ਕਰਨ ਕੰਬਲਾਂ ਵਾਲੀ ਫੈਕਟਰੀ 'ਚ ਇਤਰਨ ਤਰਨ ਰੋਡ ਤੇ ਕੰਬਲਾਂ ਵਾਲੀ ਫੈਕਟਰੀ ਆਪਾਂ ਉੱਥੇ ਚੱਲੇ ਸੀ ਕੰਬਲ ਲੈਂਡ, ਏਸੀ ਕੰਬਲ ਲੈਂਡ ਐਂਡ ਪੈਡ ਸ਼ੀਟਸ ਲੈਂਡ। ਤੋਂ ਦੇਖਦੇ ਆ ਗਾਇਸ ਕਿੱਦਾਂ ਦੇ ਲੱਗਦੇ ਸਾਨੂੰ ਇਤੋਂ ਕੰਬਲ ਪਸੰਦ ਆਉਂਦੇ ਆ ਕਿ ਨਹੀਂ। ਦੇਖੋ ਗਾਇਸ ਆਪਣੀ ਚੋਇਸ ਹੁੰਦੀ ਹੈ ਜਿਹੜਾ ਸਿਲੈਕਟ ਕਰਨਾ ਕਰ ਸਕਦੇ ਹੋ ਤੁਸੀਂ। ਇਦਾਂ ਉਹਨਾਂ ਨੇ ਸਟੈਂਡ ਵਿੱਚ ਰੱਖੀ ਹੁੰਦੇ ਨੇ ਕਿ ਆਪਣੀ ਚੋਇਸ ਨਾਲ ਸਿਲੈਕਟ ਕਰਕੇ ਫਿਰ ਉਹਦਾ ਵੇਟ ਕਰਕੇ ਉਹਦਾ ਰੇਟ ਦੱਸ ਦਿੰਦੇ ਨੇ। ਉਹ ਕਿੰਨਾ ਹੈ? ਤੇ ਹੁਣ ਆਪਾਂ ਗਾਇਸ ਉਥੋਂ ਆਪਾਂ ਨੂੰ ਕੁਝ ਪਸੰਦ ਨਹੀਂ ਆਇਆ ਆਪਾਂ ਹੁਣ ਆ ਚੁੱਕੇ ਆ ਬਾਹਰ ਹੋਰ ਕਿਸੇ ਸ਼ਾਪ ਤੇ ਰੋਡ ਦੇ ਉੱਤੇ ਹੀ ਸ਼ਾਪ ਆ ਉੱਥੇ ਆਪਾਂ ਆ ਗਏ ਉੱਥੇ ਦੇਖੋ ਕਿੰਨੀ ਬਹੁਤ ਵੈਰਾਈਟੀ ਹੈ ਇਹ ਏਸੀ ਵਾਲੇ ਕੰਬਲ ਆ ਇਹ ਸਿੰਗਲ ਆ ਆਪਾਂ ਸਿੰਗਲ ਕੰਬਲ ਵੀ ਲੈਣੇ ਸੀ ਯਾ ਡਬਲ ਵੀ ਲੈਣੇ ਸੀ ਇਸ ਲਈ ਆਪਾਂ ਤੁਹਾਨੂੰ ਦਿਖਾਉਂਦੇ ਪਏ ਆ ਬਹੁਤ ਵੈਰਾਈਟੀ ਆ ਬਹੁਤ ਵਧੀਆ ਟ੍ਰੈਂਡਿੰਗ ਹੈ ਪ੍ਰਿੰਟ ਵੀ ਬਹੁਤ ਸੋਹਣੇ ਆ ਕੰਬਲਾਂ ਦੇ ਤੇ ਏਸੀ ਕੰਬਲ ਆ ਆਪਾਂ ਲੈ ਕੇ ਫਾਈਨਲੀ ਆਪਾਂ ਹੁਣ ਚੱਲੇ ਸੀ ਕਾਰ ਹੁਣ ਆਪਾਂ ਤੁਹਾਨੂੰ ਮਿਲਦੇ ਆ ਨੈਕਸਟ ਬਲੌਗ